ਲੁਧਿਆਣਾ ਦੇ ਥਾਣਾ PAU ਦੀ ਪੁਲਿਸ ਨੇ ਬੰਦ ਪਏ ਘਰਾਂ ਦੇ ਤਾਲੇ ਤੋੜ ਕੇ ਚੋਰੀਆਂ ਕਰਨ ਵਾਲੇ 2 ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦਿਆਂ ADCP ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਆਰੋਪੀ PAU ਵਿੱਚ ਹੀ ਦਰਜਾ 4 ਦੇ ਮੁਲਾਜ਼ਮ ਹਨ ਅਤੇ ਬੰਦ ਪਏ ਘਰਾਂ ਦੀ ਰੈਕੀ ਕਰਕੇ ਮੌਕਾ ਪਾ ਕੇ ਘਰਾਂ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲੈਂਦੇ ਸਨ। ਉਹਨਾਂ ਕਿਹਾ ਕਿ ਪਹਿਲਾਂ ਤੋਂ ਦਰਜ ਮਾਮਲੇ ਨੂੰ ਹੱਲ ਕਰਕੇ 2 ਆਰੋਪੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਰਾਜਪੁਰਾ ਚੌਂਕ ਦੇ ਕੋਲੋਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 2 ਸੋਨੇ ਦੇ ਸੈੱਟ, 4 ਸੋਨੇ ਦੀਆਂ ਚੂੜੀਆਂ ਬਰਾਮਦ ਕਰ ਲਈਆਂ ਹਨ। ਪੁਰੇਵਾਲ ਨੇ ਕਿਹਾ ਕਿ ਆਰੋਪੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹਦੇ ਦੌਰਾਨ 2 ਮੁਲਜ਼ਮ ਜਿਹੜੇ ਹੈਗੇ ਆ ਸਾਹਿਲ ਅਤੇ ਮੋਹਿਤ ਨਾਮ ਦੇ 2 ਲੜਕੇ ਗ੍ਰਿਫਤਾਰ ਕੀਤੇ ਆ। ਦੌਰਾਨੇ ਨਾਕਾਬੰਦੀ ਰਾਜਪੁਰਾ ਚੌਂਕ ਸਪੈਸ਼ਲ ਟੀਮ ਸਾਡੇ ਵੱਲੋਂ ਕੰਸਟੀਟਿਊਟ ਕੀਤੀ ਗਈ ਸੀ। ਸਾਡੇ PAU ਦੇ ਕੈਂਪਸ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਸੀ, ਜਿਹਦੇ ਵਿੱਚ ਖੁਫੀਆ ਸੋਰਸ ਲਗਾਏ ਗਏ ਸਨ। ਦੌਰਾਨੇ ਤੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲਣ 'ਤੇ ਆ, ਜਿਹੜੇ ਦੋਨੋਂ ਮੁਲਜ਼ਮ ਸੀ ਇਹ ਆਪਣੀਆਂ ਜਿਹੜੀਆਂ ਚੋਰੀ ਦੇ ਵਿੱਚ ਸੋਨਾ ਬਰਾਮਦ ਕੀਤਾ ਸੀ, ਸੋਨਾ ਮਿਲਿਆ ਸੀ ਇਹਨਾਂ ਨੂੰ, ਉਹ ਵੇਚਣ ਲਈ ਜਾ ਰਹੇ ਸੀ। ਦੌਰਾਨੇ ਨਾਕਾਬੰਦੀ ਰਾਜਪੁਰਾ ਚੌਂਕ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਸਾਡੇ ਮੁਕੱਦਮੇ 2 ਮੁਕੱਦਮੇ ਦਰਜ ਸੀ PAU ਥਾਣੇ ਦੇ ਵਿੱਚ, ਜਿਹੜੇ ਦੋਨੋਂ ਟਰੇਸ ਹੋ ਚੁੱਕੇ ਆ। ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਸਾਡੇ ਕੋਲ 22-25 ਤੋਲੇ ਜਿਹੜੇ ਹੈਗੇ ਆ ਸੋਨਾ ਬਰਾਮਦ ਹੋ ਚੁੱਕਿਆ। ਫਿਲਹਾਲ ਜਿਹੜੀ ਹੈਗੀ ਤਫਤੀਸ਼ ਜਾਰੀ ਆ, ਬਾਕੀ ਜਿਹੜੇ ਹੋਰ ਰਿਕਵਰੀ ਆ ਉਹ ਵੀ ਅਸੀਂ ਕੱਲ੍ਹ ਤੱਕ ਕਰਵਾ ਲਵਾਂਗੇ। ਕੈਸ਼ ਜਿਹੜੇ ਇਹਨਾਂ ਨੇ ਪਹਿਲਾ ਮੁਕੱਦਮਾ ਇੱਕ ਹੋਇਆ ਸੀ ਉਹਦੇ 'ਚ ਕੁਛ ਡਾਲਰ ਸੀਗੇ, ਜਿਹੜੇ ਕੁਛ ਹੈਗੇ ਆ 10-10-20 ਡਾਲਰ ਸੀਗੇ, ਜਿਹੜੀ ਆਪਣੀ ਕੀਮਤ ਬਣਦੀ ਆ ਕੁਛ 10,000 ਰੁਪਏ। ਉਸ ਤੋਂ ਬਾਅਦ ਜਿਹੜੇ ਬਾਕੀ ਸੀ, ਬਾਕੀ ਸੋਨਾ ਸੀ। ਦੋਨੋਂ ਦੋਸ਼ੀ PAU ਕੈਂਪਸ ਦੇ ਵਿੱਚ 4th ਕਲਾਸ ਦੇ ਜਿਹੜੇ ਹੈਗੇ ਆ, ਸਾਹਿਲ ਹੈ ਇਹ ਬਤੌਰ ਸਫਾਈ ਸੇਵਕ ਦਾ ਕੰਮ ਕਰਦਾ ਹੈ ਅਤੇ ਦੂਸਰਾ ਜਿਹੜਾ ਮੋਹਿਤ ਆ ਉਹ ਮਸੈਂਜਰ ਸਪੈਸ਼ਲ ਮਸੈਂਜਰ ਦੇ ਤੌਰ 'ਤੇ ਕੰਮ ਕਰਦਾ। ਪਹਿਲਾਂ ਵੀ ਕੋਈ ਨਹੀਂ ਮੁਕੱਦਮਾ ਕੋਈ ਦਰਜ ਨਹੀਂ ਹੋ ਲੈਂਦੇ ਸੀ ਕਿ ਜਿਹੜੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਉਸ ਘਰ ਦੇ ਬਾਹਰ ਇਹਨਾਂ ਨੇ ਇੱਕ ਵਾਰੀ ਪਹਿਲਾਂ ਦੇਖਦੇ ਸੀ ਤਾਲਾ ਲੱਗਿਆ, ਫਿਰ 4-5 ਘੰਟੇ ਬਾਅਦ ਫਿਰ ਚੱਕਰ ਮਾਰਦੇ ਸੀ ਕਿ ਕੋਈ ਆਇਆ ਤਾਂ ਨਹੀਂ, ਫਿਰ ਉਹ ਘਰ ਨੂੰ ਟਾਰਗੇਟ ਕਰਦੇ ਸੀ ਅਤੇ ਉੱਥੇ ਜਾ ਕੇ ਇਹ ਜਿਹੜੀ ਹੈਗੀ ਵਾਰਦਾਤ ਕਰਦੇ ਸੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।